पटवारी आया एक ओने के जो माजरान के जमीन लट कराओ तू नरोल आ गया दबाबिया किते आ गई कि नहीं जी होए अच्छी दस जी ऐ दो मां लेना दिया बी कि नहीं जमीन तेरी जल भी तो क्या दूसरा चल साढ़े नौ सौ को माता रकम और लोटे में लाट कर छड़िया था जितनी दुनिया आई लग गई ਅਸੀਂ ਅਜੇ ਸਾਨੂੰ ਜ਼ਮੀਨ ਲੱਭ ਗਈ ਅਸੀਂ ਜਿਹੜੀ ਪੈਲੀ ਬਣੀ ਹੈ ਸਾਡੀ ਪੈਲੀ ਉਹ ਕਿੱਥੇ ਪੈਲੀ ਤੁਹਾਡੀ ਗੁਜ਼ਰੋ ਉਹ ਜਾਏ ਸਿੱਖਾਂ ਦਾ ਪਿੰਡ ਲੱਭੋ ਕਿਤੇ ਉਹ ਸਾਡੀ ਆਪਣਾ ਪਿੰਡ ਹੈ ਅਤੇ ਕੰਮੀ ਸਾਰੇ ਹੀ ਜਲਾਏ ਮਾਛੀ ਇਹ ਉਹ ਤਾਂ ਉਹਨਾਂ ਦੀਆਂ ਜੋਗਾਂ ਉਹਨਾਂ ਦੇ ਡੰਗਰ ਉਹਨਾਂ ਦਾ ਸਭੇ ਪੂਰੀ ਸਾਨੂੰ ਕੋਈ ਨਹੀਂ ਦੋ ਸਾਲ ਤੋਂ ਬਾਅਦ ਫਿਰ ਰੋਟੀ ਨਾ ਮਿਲੇ ਉਹ ਫਿਰ ਹਿੰਦੁਸਤਾਨ ਨੂੰ ਗਏ ਵੱਡੇ ਭਾਈ ਜਾ ਕੇ ਫਿਰ ਲੰਘ ਗਏ ਅੱਛਾ ਫਿਰ ਵਾਪਸ ਤੁਸੀਂ ਚੜ੍ਹਦੇ ਪੰਜਾਬ ਚਲੇ ਗਏ ਠੀਕ ਹੈ ਉੱਥੇ ਇੱਕ ਬੰਦੇ ਨੇ ਦੋ ਰੁਪਏ ਕੀਤੇ ਵੀ ਯਾਰ ਫੀ ਪੱਕੇ ਦੋ ਰੁਪਏ ਲੈ ਗਏ ਸੀ ਉਹਨੇ ਕਿ ਮੈਂ ਇੰਡੀਆ ਟੰਗਾ ਦਾਂਗਾ ਉਹ ਮੰਗ ਕੇ ਰਾਤਾਂ ਰਾਤ ਬੜੀ ਠੰਡ ਬੜੀ ਵਾਹ ਠੱਕਾ ਮੀਂਹ ਬੱਦਲ ਹੀ ਪਤਾ ਨਹੀਂ ਚੱਲਦੇ ਰਹੇ ਉਹ ਸਵੇਰ ਹੋਈ ਬਾਹਮਣ ਸਰੋਜ ਹੈ ਸ਼ਕਰਗੜ੍ਹ ਦੇ ਨਾਲ ਸਾਹਮਣੇ ਪਿੰਡ ਉੱਥੇ ਗੁਰਦੁਆਰਾ ਹੈ ਉੱਥੋਂ ਅਸੀਂ ਚੱਲੇ ਹਾਂ ਜਿਸਕੜੀ ਸਰਕਾਰ ਮੇਰੀ ਉੱਥੇ ਗਏ ਕਿਤੇ ਮੋੜ ਦੇ ਉੱਤੇ ਗਏ ਅੱਧੇ ਬੰਦੇ ਪਾਰ ਲੰਘੇ ਤੇ ਅੱਧੇ ਸੀ ਵਾਪਸ ਕੋਈ ਪਤਾ ਨਹੀਂ ਸਵੇਰ ਹੋਈ ਤਾਂ ਜਿਸ ਤਰ੍ਹਾਂ ਦੇ ਇੱਥੋਂ ਪੁੜੀ ਹੈ ਇੰਨੀ ਤੋਂ ਗੁਰਦੁਆਰਾ ਅਸੀਂ ਭੋਗ ਫਿਰ ਉੱਥੇ ਆ ਗਏ ਤੂੰ ਜਾ ਕੇ ਤਲਾਸ਼ ਕਰ ਉਹਨੇ ਬੰਦੇ ਲੱਭ ਕਿੱਧਰ ਗਏ ਉਹ ਗਿਆ ਲੱਭੇ ਆਖਣ ਲੱਗਾ ਪਾਕਿਸਤਾਨ ਦੇ ਬੰਦੇ ਬੰਦੇ ਲੰਘ ਗਏ ਨੇ ਉਹਨੇ ਆਖਿਆ ਡਾਂਗੇ ਤੇ ਸਾਨੂੰ ਠੂਠੇ ਬੰਦੇ ਲੈ ਕੇ ਠੋਕਦੇ ਅਗਲੀ ਰਾਤੀ ਗਿਆ ਉਹਨੇ ਸਾਨੂੰ ਵੀ ਲੈ ਗਿਆ ਫਿਰ ਲਗਾਇਆ ਚਲੇ ਗਏ ਇੰਡੀਆ ਚ ਮੀਂਹ ਲੱਗੇ ਗਏ ਅਸੀਂ ਬੜਾ ਮੀਂਹ ਚਲੇ ਗਏ ਅਸੀਂ ਵੱਡੇ ਭਾਈ ਆਖਣ ਲਗਾਉਣ ਇੰਡੀਆ ਚ ਆ ਗਏ ਹੋ ਹੁਣ ਜਾਓ ਬਾਰਾਂ ਮੀਂਹ ਦੇ ਇੰਡੀਆ ਚ ਤੁਸੀਂ ਨਹੀਂ ਫੜੇ ਜਾਂਦੇ ਜੰਗਲ ਹੀ ਜੰਗਲ ਹੈ ਅੱਗੇ ਦਿਨ ਜਗ੍ਹਾ ਬੰਦ ਹੀ ਆਏਗੀ ਫਿਰ ਤੁਸੀਂ ਫੜੇ ਜਾਓ ਅੱਗੋਂ ਫਿਰ ਤੁਹਾਡੇ ਮੁਕੰਦਰ ਕੋਈ ਛੇਰ ਆਟਾ ਕਿਸੇ ਕੋਲ ਹੈ ਸੀ ਉੱਥੇ ਜਾ ਕੇ ਬਾਲਣ ਛਾਲਣ ਬਥੇਰਾ ਸੀ ਰੋਟੀ ਸੋਟੀ ਪੱਕੀ ਖਾਧੀ ਖਾ ਕੇ ਚਲੇ ਆਪ ਟਾਈਮ ਹੋਇਆ ਤੇ ਗਾਂਹ ਨਿਕਲੇ ਅਸੀਂ ਤੇ ਦੋ ਬੰਦੇ ਉਹਨਾਂ ਖੱਚਰਾਂ ਛੱਡੀਆਂ ਪਾਣੀ ਵਾਸਤੇ ਸਾਨੂੰ ਵੇਖ ਕੇ ਦੌੜ ਕੇ ਵੀ ਬਿਸਤਰੇ ਚੁੱਕੇ ਨੇ ਬੰਦੇ ਪਾਕਿਸਤਾਨ ਤੋਂ ਆਏ ਗਏ ਠੀਕ ਹੈ ਉਹਨਾਂ ਜਾ ਕੇ ਕਿਤੇ ਆਰਮੀ ਦਾ ਕੈਂਪ ਸੀ ਲਾਗੇ ਠੀਕ ਹੈ ਉਹਨੂੰ ਜਾ ਕੇ ਦੱਸਿਆ ਉੱਥੋਂ ਬੰਦੇ ਸਿਪਾਹੀ ਪੰਜ ਸੱਤ ਰੈਫਲਾਂ ਲੈ ਕੇ ਆ ਗਏ ਅੱਗੇ ਉਂਝ ਸੀ ਉਂਝ ਡੰਗਣ ਲੱਗੇ ਅਸੀਂ ਇੱਥੇ ਪਾਣੀ ਸੀ ਲੱਖ ਲੱਖ ਉਹ ਆਖਣ ਲੱਗੇ ਵੀ ਯਾਰ ਪਾਣੀ ਜ਼ਿਆਦਾ ਹੈ ਉਹਨੇ ਕਹਿੰਦੇ ਹਵਾਲਦਾਰ ਆ ਗਿਆ ਸ਼ਾਹ ਕਾਲੇ ਰੰਗ ਦਾ ਸਿੱਖ ਉਹਨਾਂ ਨੇ ਦੁਆ ਸਲਾਮ ਲਈ ਹੈ ਸਾਡੇ ਨਾਲ ਜਿਹੜਾ ਹਵਾਲਦਾਰ ਆਇਆ ਸਰਦਾਰ ਉਹਦਾ ਨਾਂ ਕੀ ਸੀ ਉਹਦੇ ਨਾਂ ਦਾ ਨਹੀਂ ਪਤਾ ਪਾਣੀ ਰੋੜੂ ਗਏ ਪੈਰ ਤਿਲਕ ਜਾਂਦੇ ਨੇ ਤੇ ਤੁਸੀਂ ਫਿਕਰ ਨਾ ਕਰੋ ਖੈਰ ਉਹ ਦੋ ਦੋ ਚਾਰ ਚਾਰ ਜਗ੍ਹਾ ਲੱਗਣ ਡਹਿ ਪਈਆਂ ਉਹਨੇ ਚਿਰ ਨੂੰ ਕਰਨਲ ਸਾਹਿਬ ਆ ਗਿਆ ਇੱਕ ਉਹ ਵੀ ਸਿੱਖ ਹੈ ਜਦੋਂ ਉਹਨੂੰ ਪਤਾ ਲੱਗਾ ਉਹ ਵੀ ਆ ਗਿਆ ਉਹਨੇ ਭੈਣ ਦੇ ਦੁਆ ਸਲਾਮ ਲਈ ਹੈ ਆਖਣ ਲੱਗਾ ਕਿੱਥੋਂ ਦੀ ਆਇਆ ਮਹਾਂ ਜੀ ਵੱਡੇ ਭਾਈ ਉਹਨੇ ਆਖਿਆ ਮੈਂ ਵੱਡੇ ਭਾਈ ਦੇ ਰਹਿਣ ਵਾਲਾ ਦੋ ਸਾਲ ਹੋ ਗਏ ਨੇ ਬਾਲ ਬੱਚਾ ਮੈਨੂੰ ਨਹੀਂ ਮਿਲਿਆ ਪਤਾ ਨਹੀਂ ਮਾਰ ਛੱਡੇ ਨੇ ਜਾਂ ਹੈ ਨੇ ਪਰ ਜੇ ਮਾਰ ਛੱਡੇ ਹੋਣ ਤਾਂ ਮੈਂ ਆਖਾਂ ਤੁਹਾਨੂੰ ਮਾਰੋ ਤੇ ਕਿੱਡਾ ਵੀ ਜ਼ੁਲਮੀ ਆ ਮੈਂ ਉਹ ਮੈਂ ਤੁਹਾਡੇ ਨਾਲ ਹਮਦਰਦੀ ਕਰਾਂ ਖਬਰੇ ਡੇਰੇ ਬਾਲ ਬੱਚਿਆਂ ਨੂੰ ਕਿਉਂ ਕਰਦਾ ਹੋਵੇ
ਬੰਦਾ ਬੜਾ ਨੇ ਖੈਰ ਉਹਨਾਂ ਆਖਿਆ ਆਸ ਆਸ ਕੇ ਲੰਘ ਆਓ ਲੰਘ ਗਏ ਚਲੇ ਗਏ ਬਚ ਕੇ ਰੋਣ ਨਾਲੇ ਉਹਨਾਂ ਨੂੰ ਪਿਆਰ ਦੇਵੇ ਤੇ ਨਾਲੇ ਆਪ ਵੀ ਰੋਵੇ ਆਖਣ ਲੱਗਾ ਗੱਲ ਸੁਣੋ ਫਿਕਰ ਨਾ ਕਰੋ ਮੈਂ ਜਿੱਥੇ ਤੱਕ ਹੋ ਸਕਦਾ ਤੁਹਾਡਾ ਹਮਦਰਦੀ ਕਰਾਂਗਾ ਖਰੇ ਮੇਰੇ ਨਾਲ ਕੋਈ ਕਰੇ ਜਾਂ ਨਾ ਕਰੇ ਅੱਛਾ ਜਾਂ ਮੇਰੇ ਸਾਹਮਣੇ ਲੱਭਣ ਜਿਹਨਾਂ ਮਾਰੇ ਉਹਨਾਂ ਨੂੰ ਮਾਰਨ ਦੇ ਫਿਰ ਸਵਾਦ ਅੱਗੇ ਲੱਗ ਗਏ ਆਰਮੀ ਦੇ ਲਾ ਤੇ ਕੁਛ ਅੱਗੇ ਲੱਗ ਗਏ ਬਗੜ ਲੱਗ ਗਏ ਚਲੇ ਗਏ ਛੋਣੀ 'ਚ ਚਲੇ ਗਏ ਖੋਲ ਲਓ ਬਾਰ ਬਾਰ ਛੋੜਨੇ ਚਲੇ ਗਏ ਜਾ ਖਲੋਤੇ ਉਹਨੇ ਚਿਰ ਕਰਨਲ ਸਾਹਿਬ ਗੋਰਖਾ ਆ ਗਿਆ ਉਹ ਨਹੀਂ ਛੋਟੇ ਛੋਟੇ ਮਦੇ ਮਦੇ ਕਰਦੇ ਠੀਕ ਹੈ ਅੱਛਾ ਗੋਲ ਮੂੰਹ ਹੁੰਦੇ ਰਹੇ ਠੀਕ ਹੈ ਇੱਕ ਵਾਰ ਇੱਕ ਸੂਬਦਾਰ ਫਿਰ ਮਗਰੋਂ ਮੇਜਰ ਸਾਹਿਬ ਆ ਗਿਆ ਸਿੱਖ ਉਹ ਵੀ ਮਗਰ ਵਾਲੇ ਖੜੇ ਹੋ ਗਏ ਠੀਕ ਹੈ ਉਹ ਆਖਣ ਲੱਗਾ ਆਪ ਇਨਕੇ ਸਾਥ ਕਿਆ ਕਰੇਂਗੇ ਆਖੇ ਤਲਾਸ਼ੀ ਆ ਕੈਸੇ ਕਰੇਂਗੇ ਉਨਕੇ ਜਨਾਬ ਲੈਣੋ ਮੈਂ ਬਿਠਾ ਦੀਆ ਜਾਏਗਾ ਇਨਕੋ ਬੋਲ ਕੇ ਆਪਣਾ ਮਾਲ ਨਿਕਾਲ ਕੇ ਰੱਖ ਲਓ ਕਰ ਰਜਿਸਟਰ ਨੂੰ ਦਰਜ ਕਰੇਂਗੇ ਇਨਕੋ ਬੋਲ ਕੇ ਆਪਣਾ ਮਾਲ ਵਾਪਸ ਕਰ ਲਓ ਇੱਕ ਪੈਸਾ ਆਪਕਾ ਗੈਬ ਹੋਤਾ ਮੇਰੇ ਦੋ ਪੈਸੇ ਲੈ ਲਓ ਇਹ ਗੌਰਮੈਂਟ ਕਾ ਕੰਮ ਹੈ ਇਸ ਤੋਂ ਵੋ ਕੋਈ ਵੀ ਚੋਰੀ ਕਰ ਲਏ ਗੌਰਮੈਂਟ ਭਰੇਗੀ ਅੱਛਾ ਠੀਕ ਹੈ ਉਹ ਕੰਮ ਕੀਤਾ ਮੈਂ ਖਲੋਗਾ ਲੈਣਾ ਬਿਠਾ ਕੇ ਤਲਾਸ਼ੀ ਕੀਤੀ ਔਰ ਫਿਰ ਆਖਿਆ ਗੱਲ ਸੁਣੋ ਅੱਠ ਨੌ ਮੀਲ ਥਾਣਾ ਕਠੂਆ ਉਹਨੇ ਆਖਿਆ ਟੈਲੀਫੋਨ ਕਰ ਰਹੇ ਆ ਉਹਨੇ ਆਖਿਆ 9 ਵਜੇ ਰਾਤ ਕਠੂਆ ਫੜਾ ਦਿਓ ਨਾ ਚਲੋ ਇੱਕ ਹਵਾਲਦਾਰ ਬਾਹਮਣ ਸਾਡੇ ਪੱਤਰ ਦਾ ਇੱਕ ਸਿੱਖ ਵਜ਼ੀਰਾਬਾਦ ਦਾ ਇਹ ਦੋ ਹਵਾਲਦਾਰ ਪੰਜ ਚਾਰ ਸਿਪਾਹੀ ਅੰਦਰ ਤੇਰੀ ਜਾਣੀ ਇੱਕ ਥੋੜਾ ਜਿਹਾ ਪਹਿਲਾਂ ਰਹਿ ਗਿਆ ਅੱਗੋਂ ਗੱਡੀ ਆ ਰਹੀ ਹੈ ਇੱਕ ਸੂਬੇਦਾਰ ਉਹ ਸੂਬੇਦਾਰ ਹੈ ਗੋਰਖਾ ਤੇ ਸਾਡੇ ਨਾਨਕ ਦੇ ਪਿੰਡ ਦੇ ਲਾਗੇ ਉਹਦੀ ਕੋਠੀ ਅੱਛਾ ਉਹਨੇ ਵੇਖਿਆ ਉਹ ਮਾਮੇ ਮੇਰੇ ਸਾਨੂੰ ਰੱਖ ਲਓ ਲਾਲ ਬਿੰਦਾ ਗੱਲ ਕੀ ਤੁਸੀਂ ਕਿੱਧਰ ਉਹਨੇ ਕਿਹਾ ਸੂਬੇਦਾਰ ਆਉਣਾ ਕੀ ਹੈ ਗੱਲਬਾਤ ਰੁਕਿਆ ਬਾਲ ਬੱਚਾ ਆਹ ਕੁਝ ਮਰ ਕੇ ਤੇ ਕੁਝ ਹੈ ਉਹਨੇ ਕਿਹਾ ਚਲੋ ਤੁਸੀਂ ਮੈਂ ਫੌਜ 'ਚ ਵੀ ਜਾ ਕੇ ਸਮਾਨ ਸੁੱਟ ਕੇ ਗੱਡੀ ਵਾਪਸ ਲਿਆਉਣਾ ਤੁਹਾਨੂੰ ਲੈ ਚੱਲਣਾ ਥੋੜ੍ਹਾ ਪੈੜਾ ਰਹਿ ਗਿਆ ਵਾਪਸ ਆ ਕੇ ਸੁੱਟੋ ਸਮਾਨ ਸਿਪਾਹੀ ਆਖਣ ਲੱਗੇ ਹਵਾਲਦਾਰ ਤੇ ਨਹੀਂ ਯਾਰ ਉਹ ਨੇੜੇ ਥਾਂ ਰਹਿ ਗਿਆ ਆਪਣੇ ਕੋਲ ਬਿਸਰੇ ਲੱਭਦੇ ਫਿਰਨਗੇ ਹੁਣ ਚੱਲਣ ਦੇ ਥੋੜ੍ਹਾ ਜਿਹਾ ਪੈਂਡਾ ਉਹਨੇ ਕਿਹਾ ਜੀ ਚੱਲਣ ਦਿਓ ਚਲੇ ਗਏ ਜਾ ਕੇ ਬਹਿ ਗਏ ਜਾ ਠਾਣੇ ਜਾ ਕੇ ਸਾਨੂੰ ਛੱਡ ਦਿੱਤਾ ਉਹਨੇ ਬਰਾਂਡੇ ਠੰਡ ਤਰਨ ਆਖਿਆ ਸੁੱਟੋ ਬਿਸਰੇ ਲੰਮੇ ਪੈ ਜਾਓ ਠੀਕ ਹੈ ਨਾ ਗਿਣਿਆ ਨਾ ਸੁਣਿਆ ਨਾ ਗਿਣਿਆ ਕੁੜੀ ਸਾਡੀ ਇੱਕ ਭੈਣ ਇੱਥੇ ਆਣ ਕੇ ਫੌਤ ਹੋ ਗਈ ਛੋਟੀ ਜੈਸੀ ਸੀ ਸੋਚਿਆ ਇਹ ਠਾਣਾ ਇਹ ਲਿਆ ਕੇ ਦੁਨੀਆ ਇੱਥੇ ਸੁਣਤੀ ਇਹਨਾਂ ਦਾ ਇਹਨੂੰ ਮਾਰ ਛੱਡਣਾ ਉਹ ਕੁੜੀ ਉਸੀ ਵਕਤ ਉਹਨਾਂ ਰਾਵਾਂ ਤੇ ਵਾਪਸ ਹੋ ਗਈ ਸਾਰੀ ਰਾਤ ਚੱਲੀ ਰਹੀ ਸਵੇਰ ਉਸੇ ਉੱਜ ਦੇ ਉੱਤੇ ਉੱਜ ਕੇ ਗਈ ਅੱਗੇ ਪਾਣੀ ਸਵੇਰੇ ਅਸਾਂ ਦਵਾਈ ਪਾਤੀ ਕੁੜੀ ਇੱਥੇ ਸੀ ਕੁੜੀ ਨੇ ਲੱਭਦੀ ਉਹਨਾਂ ਆਖਿਆ ਕਿੱਥੇ ਰਹਿ ਗਿਣਿਆ ਮੈਂ ਵੀ ਨਹੀਂ ਉਹਨਾਂ ਨੂੰ ਉਹਨਾਂ ਰਜਿਸਟਰ ਦਿੱਤਾ ਮੈਂ ਕਿਹਾ ਠੀਕ ਹੈ ਕੁੜੀ ਕਹਿੰਦੀ ਕਿੱਡੀ ਉਮਰ ਉਹਨਾਂ ਟਡੋਰਾ ਦੇ ਦਿੱਤਾ ਬਾਜ਼ਾਰ ਦੇ ਵਿੱਚ ਇੰਨੀ ਉਮਰ ਦੀ ਕੁੜੀ ਕਿਸ ਵਕਤ ਆਏ ਨੇ ਮੁਸਲਮਾਨ ਉਹਦੀ ਕੁੜੀ ਗਾਇਬ ਉਹਦੇ ਕੋਲ ਪਤਾ ਕਿਸੇ ਨੂੰ ਦਿੱਤਾ ਨੇ ਤਲਾ ਦਿਓ ਅੱਛਾ ਉਹਨਾਂ ਕੀ ਕੰਮ ਕੀਤਾ ਉਹ ਕੰਮ ਕੁੜੀ ਜਾਗ ਹੋ ਰਹਾ ਉਹਦੇ ਦੇ ਉੱਤੇ ਦੇਖੇ ਪਾਣੀ ਨੂੰ ਤੇ ਮੈਂ ਕਿੱਧਰ ਨੂੰ ਜਾਵਾਂ ਦੋ ਬੁੱਢੇ ਬੁੱਢੇ ਬੰਦੇ ਡੰਗਰ ਚਾਰਨ ਢੇਰ ਨੂੰ ਸੋਚਿਆ ਵੀ ਲਾਂਡ ਸਵੇਰੇ ਹੋਇਆ ਸੀ ਉਹ ਲਿਆ ਹੋਈ ਹੈ ਕੁੜੀ ਨੂੰ ਲੈ ਲਾਈ ਸਵੇਰੇ ਠਾਣੇ ਪਜਾ ਦੀ ਉਹ
ਕਹਿ ਫੜੀ ਲੈ ਉਹਨੂੰ ਪੁੱਛੀ ਲਾ ਕੇ ਨਾ ਦੱਸੀ ਉਹਦਾ ਕਿਉਂ ਬਈ ਇਹ ਡਰਦੀ ਦਾ ਸਾਈ ਹੈ ਤੇ ਉਹਨਾਂ ਨੂੰ ਕਿਸੇ ਨੇ ਮਾਰਿਆ ਉਹਨੂੰ ਸੋਚਣ ਇਹ ਕੁੜੀ ਮੁਸਲਮਾਨਾਂ ਦੀ ਹੈ ਅਸੀਂ ਹਿੰਦੂ ਹਾਂ ਪੱਕੀ ਰੋਟੀ ਦੇ ਕੇ ਕੁੜੀ ਨੇ ਖਾ ਲੈਣੀ ਵੀ ਸਾਡੇ ਵਾਸਤੇ ਜ਼ੁਲਮ ਹੈ ਇਹ ਕੰਮ ਕਰੋ ਤਿੱਲੀ ਤੁਹਾਡੀ ਮਾਂ ਜੀ ਦਿੱਤੀ ਵੀ ਕੁੜੀ ਲੈ ਹਜੇ ਦਾਲ ਪਕਾ ਦਸ ਦਸਾ ਕੇ ਦਾਲ ਪਕਵਾ ਲਈ ਦੋ ਮੰਨੀਏ ਛੋਟੀਆਂ ਛੋਟੀਆਂ ਜਵਾਰ ਦੇ ਰੋਟੀ ਦੇ ਪਕਵਾ ਲਈਆਂ ਕੁੜੀ ਕੋਲੋਂ ਲੈ ਕੁੜੀ ਖਾ ਖਾ ਕੇ ਦੱਸਵਾ ਗਈ ਸਵੇਰੇ ਨੇ ਰੋਟੀ ਪਕਾਈ ਖਾਈ ਖਾ ਕੇ ਦੋ ਲੈ ਕੇ ਬੋਲੀ ਅਸੀਂ ਲੈ ਕੇ ਛੱਡ ਦੋ ਰਸਤੇ ਜਾਂਦੇ ਉਹ ਟੱਪ ਕੇ ਜਾਂਦੇ ਪਟਵਾਰੀ ਵੀ ਨਾ ਪਤਾ ਉਹਨੂੰ ਵੀ ਪਤਾ ਲੱਗ ਗਿਆ ਉਹਦਾ